ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ ਸਰ, ਕਿੱਥੋਂ ਆ ਰਹੇ ਹੋ? ਮੈਂ ਸਰ ਜ਼ਿਲ੍ਹਾ ਲੋਧਰਾ ਤੋਂ ਆਇਆ ਤੇ ਮੈਂ ਬਨੀਕਾਲਾ ਜਾ ਰਿਹਾ ਵਾਂ। ਆਈ ਐਮ ਚਾਚਾ ਪੀਟੀਆਈ ਫਰੋਮ ਲੋਧਰਾ। ਫਰੋਮ ਲੋਧਰਾ ਤੇ ਇਹ ਤੇ ਤੁਸੀਂ ਹੁਣ ਕਲਰ ਕਾਰ ਤੋਂ ਚਕਵਾਲ ਜਾ ਰਹੇ ਹੋ? ਜੀ, ਚਕਵਾਲ ਸੇ ਸਿੱਧਾ ਪਿੰਡੀ। ਅੱਛਾ, ਔਰ ਪਿੰਡੀ ਸੇ ਇਸਲਾਮਾਬਾਦ ਇਨਸ਼ਾਅੱਲਾ। ਸੋ ਲੋਧਰਾ ਸੇ ਆਪ ਕਬ ਚਲੇ ਥੇ? ਮੈਂ ਉਸ ਸ਼ਰੀਰ ਸੇ ਚਲਾ ਥਾ, ਦਰਬਾਰ ਪੇ ਮੈਨੇ ਮੰਨਤ ਮਾਨੀ ਥੀ। ਅੱਛਾ, ਏਕ ਮਿਨਟ। ਜੀ, ਦਰਬਾਰ ਮਹਿਬੂਬ ਸੁਬਾਨੀ ਬਰਸਗੀਰ ਪਾਕ। ਅੱਛਾ, ਬਰਸਗੀਰ ਪਾਕ ਕੋ ਹਿੰਦ ਕੇ ਰੂਹਾਨੀ ਪੇਸ਼ਵਾ ਹੈ, ਗੌਸੁਲ ਆਜ਼ਮ ਦਸਤਗੀਰ ਕੀ ਨਿਸ਼ਾਨੀ ਹੈ, ਮਹਿਬੂਬ ਸੁਬਾਨੀ। ਅੱਛਾ, ਵਹਾਂ ਸੇ ਮੈਨੇ ਆਪਣਾ ਮੰਨਤ ਜੋ ਇਸ ਦੌਰਾਨ ਸਟਰਗਲ, ਮੈਂ ਖਾਨ ਕਾ ਇੱਕ ਛੋਟਾ ਸਾ ਸਿਪਾਹੀ ਹੂੰ, ਆਈ ਐਮ ਚਾਚਾ ਪੀਟੀਆਈ, ਤੋ ਵਹਾਂ ਸੇ ਮੈਂ ਨਿਕਲਾ ਹੂੰ, ਤੋ ਵੀ ਜਬ ਮੇਰਾ ਕਾਇਦ ਹਲਫ ਉਠਾਏਗਾ ਮੈਂ ਇਨਸ਼ਾਅੱਲਾ ਜਲਾਲ ਪਰ ਨਿਕਾਲਾ ਜਾਊਂਗਾ ਸਾਈਕਲ ਪਰ। ਔਰ ਉਸ ਸ਼ਰੀਫ ਸੇ ਜਲਾਲਪੁਰ ਪੀਰ ਵਾਲਾ, ਜਲਾਲਪੁਰ ਪੀਰ ਵਾਲਾ ਸੇ ਸ਼ੁਜਾਬਾਦ, ਸ਼ੁਜਾਬਾਦ ਸੇ ਮੁਲਤਾਨ। ਮੈਂ ਤੀਨ ਤਾਰੀਖ ਸੇ ਨਿਕਲਾ ਹੂੰ ਉਸ ਸ਼ਰੀਫ ਕੀ ਧਰਤੀ ਸੇ, ਬਰਸਗੀਰ ਪਾਕ ਕੋ ਹਿੰਦ ਕੇ ਬਹੁਤ ਬੜੇ ਰੂਹਾਨੀ ਪੇਸ਼ਵਾ ਹੈ, ਗੌਸੁਲ ਆਜ਼ਮ ਦਸਤਗੀਰ ਸੁਰਖ ਸੇ ਆਪਣਾ ਮਹਬੂਬ ਸੁਬਾਨੀ ਕੀ ਦਰਬਾਰ ਸੇ ਚਲਾ ਹੂੰ। ਔਰ ਮੇਰੀ ਮੰਜ਼ਿਲ ਜੋ ਹੈ ਵੋ ਬਨੀਗਾਲਾ ਹੈ, ਖਾਨ ਸਾਹਿਬ ਕੀ ਤਕਰੀਬ ਹਲਬਰਦਾਰੀ ਮੈਂ ਮੈਨੇ ਮੰਨਤ ਮਾਨੀ ਥੀ, ਤੋ ਜਬ ਮੇਰਾ ਕਾਇਦ ਹਲਫ ਉਠਾਏਗਾ ਦੌਰਾਨ ਸਟਰਗਲ, ਤੋ ਮੈਂ ਸਾਈਕਲ ਪਰ ਜਾਊਂਗਾ ਬਨੀਗਾਲਾ, ਤੋ ਮੈਂ ਜਲਾਲਪੁਰ ਪੀਰ ਵਾਲਾ, ਸ਼ੁਜਾਬਾਦ, ਮੁਲਤਾਨ, ਮੁਲਤਾਨ ਸੇ ਫਿਰ ਕਬੀਰ ਵਾਲਾ, ਕਬੀਰ ਵਾਲਾ ਸੇ ਸ਼ੋਰਕੋਟ, ਸ਼ੋਰਕੋਟ ਸੇ ਜੰਗ, ਜੰਗ ਸੇ ਸਿਆਲ ਸ਼ਰੀਫ, ਮਿੰਨੀ ਸਾਹੀਵਾਲ, ਫਿਰ ਗਿਰੋੜ ਸ਼ਹਿਰ, ਗਿਰੋੜ ਸ਼ਹਿਰ ਸੇ ਹੋਤਾ ਹੁਆ ਮੈਂ ਜੋ ਹੈ ਨਾ ਕੱਠਾ ਕੀ ਪਹਾੜੀਓ ਪੇ ਚੜਾ ਹੂੰ, ਮੈਂ ਔਰ ਸਾਈਕਲ ਇਕੱਠੇ ਪੈਦਲ ਚਲੇ, ਦੋਨੋਂ ਹਮ ਲੋਕ ਪੈਦਲ ਚਲੇ ਹੈ, ਸਾਈਕਲ ਵੀ ਔਰ ਮੈਂ ਵੀ, ਕੱਠਾ ਕੀ ਪਹਾੜੀਓ ਸੇ ਫਿਰ ਪਹਿਲ ਮੈਂ ਪਹੁੰਚਾ ਹੂੰ, ਪਹਿਲ ਵਾਲੋ ਨੇ ਬਹੁਤ ਮੁਹੱਬਤ ਕਾ ਇਜ਼ਹਾਰ ਕੀਆ, ਪਹਿਲ ਸੇ ਆਗੇ ਫਿਰ ਜੋ ਹੈ ਨਾ ਪਦਰਾਰ, ਪਦਰਾਰ ਸੇ ਆਗੇ ਕਲਰਕਾਰ, ਕਲਰਕਾਰ ਸੇ ਇਨਸ਼ਾਅੱਲਾ ਮੇਰੀ ਮੰਜ਼ਿਲ ਚਕਵਾਲ, ਚਕਵਾਲ ਸੇ ਪਿੰਡੀ ਔਰ ਆਪਣੇ ਕੈਦ ਕੀ ਤਕਰੀਬ ਹਲਬਰਦਾਰੀ ਮੇ ਪਹੁੰਚੂਗਾ। ਵਹਾਂ ਮੁਝੇ ਸੀਟ ਮਿਲੇ ਨਾ ਮਿਲੇ, ਜਗ੍ਹਾ ਮਿਲੇ ਨਾ ਮਿਲੇ, ਮੈਂ ਮੁਹੱਬਤ ਕਰਨੇ ਵਾਲਾ ਹੂੰ, ਖਾਨ ਕਾ ਚਾਹਨੇ ਵਾਲਾ ਹੂੰ, ਮੈਂ ਇੱਕ ਸਾਈਡ ਪੇ ਖੜਾ ਹੋਕੇ ਆਪਣੀ ਮੁਹੱਬਤੋਂ ਕੇ ਰੰਗ ਵੀ ਕਰੂੰਗਾ। ਤੋ ਆਜ 8 ਤਾਰੀਖ ਹੈ, 3 ਤਾਰੀਖ ਸੇ ਆਪ ਮੁਸਲਸਲ ਸਫ਼ਰ ਕਰ ਰਹੇ ਹੈਂ? ਮੁਸਲਸਲ ਸਫ਼ਰ ਕਰ ਰਹਾ ਹੂੰ। ਔਰ ਰਾਤ ਕੋ ਸੋਤੇ ਕਿਤਨੀ ਦੇਰ ਹੈ? ਰਾਤ ਕੋ ਆਜ ਜੈਸੇ ਮੁਹੱਬਤ ਕਰਨੇ ਵਾਲੇ ਜਿਤਨੇ ਵੀ ਲੋਗ ਹੈ ਵੋ ਸਭ ਮੁਝੇ ਆਪਣਾ ਹੱਥ ਖੈਂਚ ਕੇ ਮੁਹੱਬਤੋਂ ਸੇ ਆਪਣੀ ਆਪਣੀ ਜਗ੍ਹਾ ਪਰ, ਪਹਿਲੇ ਮੈਂ ਜੋ ਹੈ ਨਾ ਮੁਲਤਾਨ ਮੇ ਰਹਾ ਹੂੰ, ਮੁਲਤਾਨ ਸੇ ਫਿਰ ਜੋ ਹੈ ਨਾ ਜੰਗ ਮੇ ਮੈਂ ਵਹਾਂ ਪੇ ਜੋ ਹੈ ਨਾ ਪੂਰੇ ਜ਼ਿਲ੍ਹੇ ਹੀ ਸਦਰ ਔਰ ਜ਼ਿਲ੍ਹੇ ਜਨਰਲ ਸੈਕਟਰੀ ਚਦਰ ਸਾਹਿਬ ਸਭ ਨੇ ਮੁਝੇ ਵੈਲਕਮ ਕੀਆ, ਫਿਰ ਮੈਂ ਰਾਸਤੇ ਮੇ ਆਇਆ ਹੂੰ, ਤੋ ਆਪਣਾ ਟਿਵਾਣਾ ਸਾਹਿਬ ਜੋ ਹੈ ਅਹਿਸਾਨ ਉੱਲਾ ਟਿਵਾਣਾ ਉਨਕੇ ਪਾਸ ਰਹਾ ਹੂੰ, ਤੋ ਰਾਤ ਮੈਂ ਪਹਿਲ ਮੇ ਰਹਾ ਹੂੰ, ਪਹਿਲ ਵਾਲੇ ਜਿਤਨੇ ਵੀ ਹੈ ਵੋ ਮਖਦੂਮ ਥੇ, ਬੱਚੇ ਥੇ, ਸਭ ਸਭ ਨੌਜਵਾਨ ਥੇ, ਪੀਟੀਆਈ ਕੇ ਚਾਹਨੇ ਵਾਲੇ ਥੇ, ਇੱਕ ਵਾਰ ਪਹਿਲ ਹਿਲ ਗਿਆ ਹੈ ਕਿ ਇਮਰਾਨ ਖਾਨ ਜ਼ਿੰਦਾਬਾਦ। ਅਬ ਆਪ ਮੁਝੇ ਯੇ ਬਾਤ ਬਤਾਏ ਕਿ ਇਮਰਾਨ ਖਾਨ ਜਬ ਆਪਕਾ ਅਭੀ ਵਜ਼ੀਰ ਆਜ਼ਮ ਬਨਨੇ ਵਾਲਾ ਹੈ ਜੀ, ਤੋ ਆਪਕੀ ਕਿਆ ਤਵਕਕਾਤ ਸੇ ਇਮਰਾਨ ਖਾਨ ਸੇ ਕਿ ਵੋ ਕਿਆ ਕਰੇਗਾ ਮੁਸਤਕਬਿਲ ਮੇ? ਹਾਂ, ਮੁਸਤਕਬਿਲ ਮੇ ਇਨਸ਼ਾਅੱਲਾ ਜੋ ਹਮਾਰਾ ਇਮੇਜ ਪਾਕਿਸਤਾਨ ਕਾ ਗਿਰਾ ਹੁਆ ਹੈ ਉਸ ਉਮੀਦ ਕੋ ਠੀਕ ਕਰੇਗਾ, ਇਦਾਰੇ ਖੁਦ ਮੁਖਤਿਆਰ ਹੋਗੇ, ਨਾ ਰੋਟੀ ਚਾਹੀਏ, ਨਾ ਕੱਪੜਾ ਚਾਹੀਏ, ਨਾ ਮਕਾਨ ਚਾਹੀਏ, ਖੁਦ ਮੁਖਤਿਆਰ ਪਾਕਿਸਤਾਨ ਚਾਹੀਏ, ਔਰ ਪਾਕਿਸਤਾਨ ਕੋ ਪਾਉਂ ਪੇ ਖੜਾ ਕਰੇਗਾ ਮੇਰਾ ਕਾਇਦ, ਔਰ ਹਮੇ ਬਹੁਤ ਉਮੈ ਹਮਾਰੀ ਆਨੇ ਵਾਲੀ ਨਸਲੇ ਇਨਸ਼ਾਅੱਲਾ ਐਸੇ ਕਾਇਦ ਕੋ ਸਲਾਮ ਕਰੇਗੀ। ਵੈਰੀ ਗੁੱਡ, ਬਹੁਤ ਖੁਸ਼ੀ ਹੋਈ ਜੀ, ਇਸ ਮੇ ਗ੍ਰਾਮੀ ਕੇ ਆਪ ਸਰ ਸ਼ੌਕਤ ਹੁਸੈਨ ਅਲ ਮਾਰੂਫ ਚਾਚਾ ਵੀ ਕਿਹਾ। ਵੈਰੀ ਗੁੱਡ, ਬਹੁਤ ਖੁਸ਼ੀ ਹੋਈ ਜੀ, ਆਪਕੀ ਮੁਹੱਬਤ ਕੋ ਦੇਖ ਕੇ ਆਪਨੇ ਇਨ ਪਹਾੜੋਂ ਮੇ ਖੜਾ ਹੋ ਕੇ ਨਾ ਆਪਨੇ ਜੋ ਮੁਹੱਬਤ ਕਾ ਇਜ਼ਹਾਰ ਕੀਆ ਹੈ ਮੈਂ ਆਪਕੋ ਵੀ ਸਲਾਮ ਭੇਜਤਾ ਹੂੰ। ਬਹੁਤ ਸ਼ੁਕਰੀਆ। ਯੇ ਆਪ ਦੇਖ ਰਹੇ ਹੈ ਕਿ ਚਾਚਾ ਪੀਟੀਆਈ ਜੋ ਹੈ ਵੋ ਆਪਣੇ ਸਫ਼ਰ ਪੇ ਰਵਾਂ ਰਵਾਂ ਹੈ, ਕਲਰ ਕਹਾਰ ਸੇ ਚਕਵਾਲ ਕੇ ਦਰਮਿਆਨ ਕਾ ਯੇ ਰੋਡ ਹੈ ਜਿਸ ਕੇ ਉਪਰ, ਇਸ ਚੜਾਈ ਕੇ ਉਪਰ ਚਾਚਾ ਪੀਟੀਆਈ ਪੈਡਲ ਮਾਰਤਾ ਹੁਆ ਆਪਣੇ ਸਾਈਕਲ ਕੇ, ਔਰ ਲੋਧਰਾ ਸੇ ਯੇ ਚਾਚਾ ਚਲਾ ਹੈ, ਔਰ ਯੇ ਇਸਕੀ ਮੁਹੱਬਤ ਹੈ, ਇਸਨੇ ਖੂਸੇ ਪਹਿਨੇ ਹੁਏ ਹੈ, ਪੀਛੇ ਲੋਧਰਾ JKT ਜਹਾਂਗੀਰ ਖਾਨ ਤਰੀਨ ਇਸਨੇ ਲਿਖਾ ਹੁਆ ਹੈ, ਔਰ ਯੇ ਚਾਚਾ ਪੀਟੀਆਈ ਜੋ ਹੈ ਯੇ ਬਨੀਗਾਲਾ ਜਾ ਰਹਾ ਹੈ ਆਪਣੇ ਕਾਇਦ ਆਪਣੇ ਇਮਰਾਨ ਖਾਨ ਸੇ ਮਿਲਨੇ ਕੇ ਲੀਏ। ਠੀਕ ਹੈ ਚਾਚਾ, ਓਕੇ ਬਾਸ।